ਕਰਫਿਊ ਖੁੱਲ ਚੁੱਕਾ ਹੈ ਤੇ ਲੋਕਡਾਊਨ ਵਿੱਚ ਵੀ ਮਿਲ ਚੁੱਕੀ ਹੈ ਛੂਟ ਪਰ ਫਿਰ ਵੀ ਕਰਤਾਰਪੁਰ ਕੋਰੀਡੋਰ ਪੂਰੀ ਤਰ੍ਹਾਂ ਹੈ ਬੰਦ ਕੋਰੋਨਾ ਵਾਇਰਸ ਦੇ ਚਲਦੇ ਪਿਛਲੇ ਕਰੀਬ 2.5 ਮਹੀਨੇ ਤੋਂ ਬੰਦ ਪਿਆ ਹੋਇਆ ਹੈ ਕਰਤਾਰਪੁਰ ਕੋਰੀਡੋਰ ਹਜੇ ਵੀ ਪੂਰੀ ਤਰ੍ਹਾਂ ਉਸ ਨੂੰ ਖੁੱਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਨਾ ਹੀ ਕਰਤਾਰਪੁਰ ਕੋਰੀਡੋਰ ਦੀ ਕੋਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਅਤੇ ਨਾ ਹੀ ਹੁਣ ਤੱਕ ਕਿਸੇ ਯਾਤਰੀ ਨੂੰ ਕੋਰੀਡੋਰ ਦੇ ਰਸਤੇ ਪੈਦਲ ਯਾਤਰਾ ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਹੋਰ ਤੇ ਹੋਰ ਦਰਸ਼ਨੀ ਸਥਾਨ ਤੋਂ ਵੀ ਦੂਰਬੀਨ ਦੇ ਰਸਤੇ ਦਰਸ਼ਨ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਹੁਣ ਤਾਂ ਆਲਮ ਇਹ ਹੈ ਕਿ ਕਰਤਾਰਪੁਰ ਕੋਰੀਡੋਰ ਪੂਰੀ ਤਰ੍ਹਾਂ ਖਾਲੀ ਪਿਆ ਹੋਇਆ ਹੈ ਅਤੇ ਪਿਛਲੇ ਕਰੀਬ 2.5 ਮਹੀਨੇ ਤੋਂ ਇੱਕ ਵੀ ਯਾਤਰੀ ਕਰਤਾਰਪੁਰ ਕੋਰੀਡੋਰ ਦੀ ਪੈਦਲ ਯਾਤਰਾ ਤੇ ਨਹੀਂ ਗਿਆ ਉੱਥੇ ਹੀ ਦੂਸਰੀ ਤਰਫ ਨਾਨਕ ਨਾਮ ਲੇਵਾ ਸੰਗਤ ਨੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕੇ ਜਲਦ ਤੋਂ ਜਲਦ ਕਰਤਾਰਪੁਰ ਕੋਰੀਡੋਰ ਨੂੰ ਖੋਲ ਦਿੱਤਾ ਜਾਵੇ ਤਾਂ ਕਿ ਨਾਨਕ ਨਾਮ ਲੇਵਾ ਸੰਗਤ ਦੁਬਾਰਾ ਤੇ ਕਰਤਾਰਪੁਰ ਸਾਹਿਬ ਪੈਦਲ ਪਹੁੰਚ ਕੇ ਆਪਣੇ ਗੁਰੂ ਧਾਮ ਦੇ ਦਰਸ਼ਨ ਕਰ ਸਕੇ ਉਹਨਾਂ ਨੇ ਨਾਲ ਹੀ ਨਾਲ ਦਰਸ਼ਨੀ ਸਥਾਨ ਤੇ ਦੂਰਬੀਨ ਦੇ ਜ਼ਰੀਏ ਦਰਸ਼ਨ ਕਰਨ ਦੀ ਵੀ ਅਨੁਮਤੀ ਮੰਗੀ ਹੈ ਬਿਲਕੁਲ ਠੀਕ ਹੈ ਜੀ ਤੁਹਾਡਾ ਸਵਾਲ ਇੱਥੇ ਬਹੁਤ ਕਿਰਪਾ ਹੋਈ ਸੀ ਰੌਣਕਾਂ ਬੜੀਆਂ ਸੀ ਅੱਜ ਇਸ ਵਾਇਰਸ ਕੋਰੋਨਾ ਦੇ ਕਰਕੇ ਜਿੱਥੇ ਸਾਰੇ ਸੰਸਾਰ ਦੇ ਵਿੱਚ ਇਸ ਬਿਮਾਰੀ ਨੇ ਲੋਕਾਂ ਨੂੰ ਘਰਾਂ ਵਿੱਚ ਬਿਠਾ ਦਿੱਤਾ ਸਰਕਾਰ ਵੱਲੋਂ ਵੀ ਲੋਕਡਾਊਨ ਕੀਤਾ ਗਿਆ ਉਹਦੇ ਕਰਕੇ ਵੀ ਇੱਕ ਕਾਰਨ ਬਣਿਆ ਔਰ ਰੌਣਕਾਂ ਜਿਹੜੀਆਂ ਸੀਗੀਆਂ ਸਾਰੀਆਂ ਕੋਰੀਡੋਰ ਦੇ ਉੱਤੇ ਗਾਇਬ ਹੋ ਗਈਆਂ ਔਰ ਅੱਜ ਅਖਬਾਰ ਪੜ੍ਹੀ ਹੈ ਕੱਲ ਪਹਿਲਾ ਟਰੱਕ ਅਫਗਾਨਿਸਤਾਨ ਬਾਰਡਰ ਤੋਂ ਵਾਹਗਾ ਬਾਰਡਰ ਦੇ ਉੱਤੇ ਆਇਆ ਹੈ ਵਾਇਆ ਪਾਕਿਸਤਾਨ ਇੱਕੋ ਹੀ ਟਰੱਕ ਆਇਆ ਅੱਜ ਦੇ ਅਖਬਾਰ ਨੇ ਲਿਖਿਆ ਤੇ ਅੱਜ ਤੁਹਾਡੇ ਤੁਸੀਂ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਆਏ ਹੋ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਫਿਰ ਜਿੱਦਾਂ ਅਰਦਾਸਾਂ ਕਰਦੇ ਸੀ ਇੱਕ ਅਪੀਲ ਕਰਨੀ ਚਾਹਾਂਗੇ ਵੀ ਮਹਾਰਾਜ ਕਿਰਪਾ ਕੀਤੀ ਆ ਜੇ ਉੱਧਰ ਵਪਾਰ ਸ਼ੁਰੂ ਕਰ ਦਿੱਤਾ ਹੈ ਇਸੇ ਤਰ੍ਹਾਂ ਵੀ ਕਿਰਪਾ ਕਰਨ ਤੇ ਸੰਗਤਾਂ ਦਾ ਦੁਬਾਰਾ ਜਿਹੜਾ ਹੈਗਾ ਵਾ ਉਹ ਇੱਕ ਵਾਰ ਇਸ ਬਾਰਡਰ ਦੇ ਉੱਤੋਂ ਵੀ ਹੋ ਜਾਏ ਤੇ ਬਹੁਤ ਵਧੀਆ ਜਿਹੜਾ ਹੋ ਜਾਏਗਾ ਅਸੀਂ ਚਾਹਾਂਗੇ ਕਿ ਮਹਾਰਾਜ ਕਿਰਪਾ ਇਸ ਕਰਨ ਸਰਕਾਰ ਉਹਨੂੰ ਬਣਾਏ ਉੱਥੇ ਲੋਕੀ ਜਿਹੜੇ ਨਹੀਂ ਜਾ ਸਕਦੇ ਉਹ ਦੂਰਬੀਨ ਦੇ ਰਾਹੀਂ ਉਹ ਦਰਸ਼ਨ ਜਿਹੜੇ ਆ ਉਹ ਉੱਥੇ ਕਰ ਸਕਣ ਔਰ ਇਹ ਵਾਇਰਸ ਵੀ ਜਿਹੜਾ ਇਹਦੀ ਵੀ ਪਰਮਾਤਮਾ ਕੋਈ ਐਸੀ ਕਿਰਪਾ ਕਰਨ ਕਿਉਂਕਿ ਦਵਾਈ ਜਦੋਂ ਆਉਣੀ ਹੈ ਨਾ ਉਦੋਂ ਵੀ ਕਿਸੇ ਉੱਤੇ ਕਿਰਪਾ ਹੀ ਹੋਣੀ ਹੈ ਪਰਮਾਤਮਾ ਨੇ ਕਰਨਾ ਵੀ ਇਹ ਉਹਨੂੰ ਬਖਸ਼ਿਸ਼ ਮਿਲ ਜਾਣੀ ਹੈ ਜਿਹਨੂੰ ਵੀ ਚੱਲ ਇਹਦੇ ਹੱਥੋਂ ਮੈਂ ਕਰਾਵਾਂ ਉਹ ਇਸ ਕਰਕੇ ਮਨੁੱਖ ਦੇ ਕੋਲ ਤੇ ਬਹੁਤ ਵੱਡੀ ਇੱਕ ਅਰਦਾਸ ਹੈ ਉਹ ਅਸੀਂ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਇਹ ਆਸਾਂ ਨਾਲ ਖੁੱਲਿਆ ਸੀ ਹੁਣ ਜਦੋਂ ਪਰਮਾਤਮਾ ਕਿਰਪਾ ਕਰਨ ਫਿਰ ਇਹ ਖੁੱਲੇ ਨਾ ਤੇ ਕੁਛ ਰਿਲੈਕਸੇਸ਼ਨ ਜਿਹੜੀ ਹੈ ਉਹ ਕੀਤੀ ਜਾਏ ਸਰਕਾਰਾਂ ਚਾਹੁਣ ਤੇ ਬਹੁਤ ਕੁਛ ਹੋ ਸਕਦਾ ਜਿੱਦਾਂ ਬਾਕੀ ਆਮ ਜਨਜੀਵਨ ਜਿਹੜਾ ਆਮ ਵਰਗਾ ਹੋ ਗਿਆ ਵਾ ਜੇ ਸਰਕਾਰਾਂ ਨੇ ਆਪਣੇ ਫਾਇਦੇ ਵਾਸਤੇ ਜਾਂ ਆਪਣੇ ਹੋਰ ਕੰਮਾਂ ਵਾਸਤੇ ਠੇਕੇ ਖੁਲਵਾਤੇ ਆ ਜਾਂ ਹੋਰ ਤਰ੍ਹਾਂ ਦੇ ਕਾਰੋਬਾਰ ਖੋਲ ਲਏ ਨੇ ਕਰਤਾਰਪੁਰ ਸਾਹਿਬ ਦੇ ਉੱਤੇ ਤੇ ਵੈਸੇ ਹੀ ਬੜਾ ਸਰਕਾਰੀ ਅਮਲਾ ਵਾ ਉੱਥੇ ਕਿਸੇ ਤਰ੍ਹਾਂ ਦੀ ਪਹਿਲਾਂ ਵੀ ਕੋਈ ਪ੍ਰੋਬਲਮ ਨਹੀਂ ਸੀ ਹੁਣ ਵੀ ਕੋਈ ਪ੍ਰੋਬਲਮ ਨਹੀਂ ਆ ਇੱਥੇ ਸਰਕਾਰਾਂ ਨੂੰ ਚਾਹੀਦਾ ਵਾ ਕਿ ਇੱਦਾਂ ਦੇ ਜਿਹੜੇ ਬੜੀਆਂ ਆਸਾਂ ਉਮੀਦਾਂ ਨਾਲ ਖੁੱਲੇ ਸੀ ਇੱਕ ਧਾਰਮਿਕ ਸਥਲ ਸੀਗਾ ਲੋਕਾਂ ਦੀਆਂ ਬੜੀਆਂ ਆਸਾਂ ਜੁੜੀਆਂ ਇਸ ਵੇਲੇ ਨਿਰਾਸ਼ ਵੀ ਨੇ ਕਿਉਂਕਿ ਪਹਿਲਾਂ ਆਉਂਦੇ ਸੀ ਔਰ ਦਰਸ਼ਨ ਸਥਲ ਤੇ ਵੀ ਦਰਸ਼ਨ ਕਰਦੇ ਸੀ ਔਰ ਜਿੰਨਾ ਪਾਕਿਸਤਾਨ ਜਾਣਾ ਹੁੰਦਾ ਸੀ ਉਹ ਪਾਕਿਸਤਾਨ ਜਾਂਦੇ ਸੀ ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਸੀ ਉਹ ਦਰਸ਼ਨ ਸਥਲ ਤੋਂ ਦਰਸ਼ਨ ਕਰ ਲੈਂਦੇ ਪਰ ਅੱਜ ਨਿਰਾਸ਼ ਨੇ ਸਰਕਾਰਾਂ ਨੂੰ ਚਾਹੀਦਾ ਵਾ ਕਿ ਉਹ ਜ਼ਰੂਰ ਇਸ ਚੀਜ਼ ਵੱਲ ਧਿਆਨ ਦੇਣ ਜਿੱਥੇ ਉਹ ਆਪਣੇ ਕਾਰੋਬਾਰੀ ਅਦਾਰੇ ਖੋਲ ਸਕਦੇ ਆ ਉਹ ਇੱਦਾਂ ਦੇ ਧਾਰਮਿਕ ਲੋਕਾਂ ਦੀਆਂ ਆਸਥਾਵਾਂ ਦੀ ਜਿਹੜੀ ਉਹ ਕਦਰ ਕਰੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ